ਪਤੀ ਪਤਨੀ ਦਾ ਰਿਸ਼ਤਾ ਸਭ ਤੋਂ ਪਾਕ ਅਤੇ ਪਵਿੱਤਰ ਮੰਨਿਆ ਜਾਂਦਾ ਹੈ ਅਤੇ ਇਸ ਦੇ ਵਿੱਚ ਭਰੋਸਾ ਹੋਣਾ ਬੇਹੱਦ ਜ਼ਰੂਰੀ ਹੈ। ਪਰ ਇਹ ਵਿਸ਼ਵਾਸ ਜਿਸ ਤਰ੍ਹਾਂ ਦੇ ਨਾਲ ਇੱਕ ਪਤੀ ਨੇ ਤੋੜਿਆ, ਉਸ ਤੋਂ ਬਾਅਦ ਪਤਨੀ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ। ਇਹ ਪਤੀ ਇਹੋ ਜਿਹਾ ਨਿਕਲਿਆ ਜੋ ਕਿ ਦੂਜੀ ਜਨਾਨੀ ਦੇ ਨਾਲ ਗਲਤ ਸੰਬੰਧ ਬਣਾ ਰਿਹਾ ਸੀ, ਤਾਂ ਉਸ ਸਮੇਂ ਹੀ ਇਸਨੇ ਆਪਣੀ ਪਤਨੀ ਨੂੰ ਵੀ ਵੀਡੀਓ ਕਾਲ ਕਰ ਦਿੱਤੀ ਹੈ ਅਤੇ ਉਸ ਤੋਂ ਬਾਅਦ ਜੋ ਕੁਝ ਉਸਨੂੰ ਕਿਹਾ ਗਿਆ ਉਹ ਸੁਣ ਕੇ ਪਤਨੀ ਦੱਸਦੇ ਹੋਏ ਵੀ ਅੱਜ ਰੋ ਰਹੀ ਹੈ। ਅੰਮ੍ਰਿਤਸਰ ਤੋਂ ਇਹ ਖਬਰ ਸਾਹਮਣੇ ਆਈ ਸੀ, ਜਿੱਥੇ ਬੀਤੇ ਦਿਨੀ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਔਰਤ ਆਪਣੇ ਪਤੀ ਅਤੇ ਉਸਦੀ ਮਾਸ਼ੂਕਾਂ ਨੂੰ ਸੜਕਾਂ 'ਤੇ ਫੜ ਕੇ ਘੁਮਾ ਰਹੀ ਸੀ। ਪਤਾ ਲੱਗਿਆ ਕਿ ਇਹ ਵਿਅਕਤੀ ਦੇ ਵੱਲੋਂ ਖੁਦ ਹੀ ਫੋਨ ਕਰਕੇ ਪਤਨੀ ਨੂੰ ਦਿਖਾਇਆ ਗਿਆ ਸੀ ਸਾਰਾ ਕੁਝ ਕਿ ਉਹ ਕਿਸੇ ਹੋਟਲ ਦੇ ਵਿੱਚ ਹੈ। ਇਸ ਤੋਂ ਬਾਅਦ ਗੁੱਸੇ ਦੇ ਵਿੱਚ ਆਈ ਪਤਨੀ ਹੋਟਲ ਦੇ ਬਾਹਰ ਜਾਂਦੀ ਹੈ, ਪਤੀ ਦੀ ਕੁੱਟਮਾਰ ਕੀਤੀ ਜਾਂਦੀ ਹੈ ਅਤੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਔਰਤ ਨੇ ਦੱਸਿਆ ਕਿ ਉਸਦਾ ਪਤੀ ਬਾਹਰ ਕਿਸੇ ਹੋਰ ਔਰਤ ਨਾਲ ਨਜਾਇਜ਼ ਸੰਬੰਧ ਬਣਾਉਂਦਾ ਅਤੇ ਉਸਨੂੰ ਦਿਮਾਗੀ ਤੌਰ 'ਤੇ ਤੰਗ ਪਰੇਸ਼ਾਨ ਕਰਦਾ। ਇਸ ਤੋਂ ਬਾਅਦ ਉਸਨੇ ਸਾਰਾ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਲਿਆਂਦਾ, ਜਿਸ ਤੋਂ ਬਾਅਦ ਉਹ ਬਣਦੀ ਕਾਰਵਾਈ ਦੀ ਅਪੀਲ ਪੁਲਿਸ ਦੇ ਅੱਗੇ ਕਰ ਰਹੀ ਹੈ। ਇਸ ਮਾਮਲੇ ਸੰਬੰਧੀ ਜਦੋਂ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਫਿਲਹਾਲ ਇਨਕਾਰ ਕਰ ਦਿੱਤਾ, ਪਰ ਇੱਧਰ ਕੁੜੀ ਨੂੰ ਇਨਸਾਫ ਦਾ ਭਰੋਸਾ ਜ਼ਰੂਰ ਦਿੱਤਾ ਜਾ ਰਿਹਾ ਹੈ। ਹਾਂਜੀ, ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ 'ਚ ਤੁਸੀਂ ਇੱਕ ਵਿਅਕਤੀ ਦੀ ਕੁੱਟਮਾਰ ਕਰਦੇ ਪਏ ਜੇ, ਕੀ ਮਾਮਲਾ ਹੈ, ਕਿਉਂ ਉਸ ਨਾਲ ਕੁੱਟਮਾਰ ਕੀਤੀ ਹੈ? ਮਾਮਲਾ ਇਹ ਕਿ ਉਹ ਮੇਰਾ ਹਸਬੈਂਡ ਹੈ ਅਤੇ ਉਹ ਮੈਨੂੰ ਵੀਡੀਓ ਕਾਲ ਕਰ ਰਿਹਾ ਸੀ ਅਤੇ ਵੀਡੀਓ ਕਾਲ ਕਰਕੇ ਤਾਂ ਮੈਨੂੰ ਕਹਿ ਰਿਹਾ ਸੀ ਫੜ ਲਾ ਜੋ ਮੇਰਾ ਫੜਨਾ। ਉਸ ਤੋਂ ਬਾਅਦ ਮੈਂ ਗਈ, ਉਹਨੂੰ ਦੇਖਿਆ ਕਿਸੇ ਜਨਾਨੀ ਨਾਲ, ਮਤਲਬ ਹੋਟਲ ਦੇ ਵਿੱਚ ਸ਼ਰੇਆਮ ਮਤਲਬ ਸਭ ਕੁਛ ਚੱਲ ਰਿਹਾ ਸੀ ਅਤੇ ਪਕੜ ਕੇ ਮੈਂ ਫਿਰ ਉਹਨੂੰ ਦੋ ਚਾਰ ਲਾਈਆਂ ਵੀ, ਸਭ ਕੁਛ ਹੋਇਆ ਅਤੇ ਮੈਂ ਮਤਲਬ ਥਾਣਾ ਮੋਹਕਮਪੁਰੇ ਕੰਪਲੇਂਟ ਵੀ ਪਾਈ ਅਤੇ ਉਸ ਤੋਂ ਅੱਗੇ ਮਤਲਬ ਬੱਸ ਅੱਡੇ ਜਿਹੜੀ ਜਾਣੀ ਸੀ ਅਸੀਂ ਉੱਥੇ ਕੰਪਲੇਂਟ ਪਾਈ, ਪਰ ਮੇਰੀ ਉੱਥੇ ਕੋਈ ਕਾਰਵਾਈ ਨਹੀਂ ਕੀਤੀ ਗਈ, ਸੁਣਵਾਈ ਨਹੀਂ ਹੋਈ। 751 ਦਾ ਮੈਨੂੰ ਕਿਹਾ ਗਿਆ ਪਰ 751 ਉਸ 'ਤੇ ਨਹੀਂ ਹੋਈ, ਪਰ 751 ਜੋ ਉਹਨੇ ਗਲਤੀ ਕੀਤੀ ਆ ਇਸੀ ਸਜ਼ਾ ਤਾਂ ਇਸ ਤੋਂ ਵੀ ਭਾਰੀ ਮਿਲਣੀ ਚਾਹੀਦੀ ਆ। ਪਰ ਫਿਰ ਵੀ ਉਹ 751 ਕਹਿ ਕੇ ਵੀ, ਉਹ 751 ਵੀ ਇੱਕ ਛੋਟਾ ਜਿਹਾ ਕੇਸ ਪਾ ਕੇ ਵੀ ਉਸ 'ਤੇ ਨਹੀਂ ਕੀਤੀ ਗਈ। ਤੁਸੀਂ ਕਦੋਂ ਪੁਲਿਸ ਦੇ ਹਵਾਲੇ ਕੀਤਾ ਸੀ? ਮੈਂ ਉਸ ਦਿਨ ਰਾਤ ਨੂੰ ਹੀ, 19 ਤਰੀਕ ਦੀ ਰਾਤ ਨੂੰ ਹੀ ਉਹਨਾਂ ਨੂੰ ਮਤਲਬ 8:30-9 ਵਜੇ ਫੜਾਇਆ। ਫਿਰ ਉਸ ਤੋਂ ਬਾਅਦ ਫਿਰ ਅਸੀਂ ਪੁਲਿਸ ਚੌਂਕੀ 12:00-1:00 ਵਜੇ ਬੱਸ ਅੱਡੇ ਪੁਲਿਸ ਚੌਂਕੀ ਲੈ ਕੇ ਗਈ। ਉਸੇ ਟਾਈਮ ਹੀ ਲੇਡੀਜ਼ ਨੂੰ ਛੱਡ ਦਿੱਤਾ ਗਿਆ, ਬਾਕੀ ਮਤਲਬ ਸਵੇਰੇ ਉਸ ਆਦਮੀ ਨੂੰ ਛੱਡਿਆ ਗਿਆ, ਮੇਰੇ ਹਸਬੈਂਡ ਨੂੰ। ਕੀ ਕਾਰਨ ਕੀ ਹੈ ਕਿ ਉਹ ਹੁਣ ਕਿਸੇ ਹੋਰ ਔਰਤ ਦੇ ਨਾਲ ਘੁੰਮ ਰਹੇ ਆ, ਤੁਹਾਨੂੰ ਨਹੀਂ ਅਪਣਾ ਰਹੇ, ਕੀ ਕਾਰਨ? ਕਾਰਨ ਇਹ ਕਿ ਜੀਜਾ ਜਿਹੜਾ ਉਸਦਾ, ਉਸਦੀ ਗਲਤ ਅੱਖ ਮੇਰੇ 'ਤੇ ਆ, ਉਹ ਲੜਾਈਆਂ ਲਵਾਉਂਦਾ ਵੀ ਬਸ ਇਹਨਾਂ ਦੋਵਾਂ ਦੇ ਵਿੱਚ ਲੜਾਈਆਂ ਪਈਆਂ ਰਹਿਣ ਅਤੇ ਇਸ ਘਰ 'ਚੋਂ ਬਾਹਰ ਨਿਕਲ ਜਾਵੇ, ਉਸਦੀ ਜਗ੍ਹਾ 'ਤੇ ਮੈਂ ਹੀ ਆ ਸਕਾਂ। ਇਹ ਹੁਣ ਗਲਤ ਨਾਬਸ਼ਨਾਵ ਹਰਕਤਾਂ ਉਹਦੇ ਕੋਲ ਕਰਾਉਂਦਾ ਪਿਆ, ਜਿਸ ਤਰ੍ਹਾਂ ਜਨਾਨੀ ਦੇ ਦਿਲ ਨੂੰ ਠੇਸ ਪਹੁੰਚੇ, ਇਹ ਇਹੀ ਹਰਕਤ ਰਹਿ ਗਈ ਸੀ ਜਿਹੜੀ ਬਾਕੀ, ਜਿਹੜੀ ਕਿ ਮੇਰੇ ਮਨ ਨੂੰ ਠੇਸ ਪਹੁੰਚੇ ਅਤੇ ਮੈਂ ਉਹਨੂੰ ਛੱਡ ਦੇਵਾਂ ਅਤੇ ਉਹਦੀ ਜਗ੍ਹਾ 'ਤੇ ਇਹ ਆਪ ਇਸਦਾ ਜੀਜਾ ਜੋ ਹੈਪੀ ਵੇਰ ਕੇ ਰਹਿੰਦਾ ਹੈ, ਇਸਦਾ ਮੇਰੇ ਹਸਬੈਂਡ ਦਾ ਜੀਜਾ, ਉਹ ਸਭ ਕੁਛ ਕਰਵਾ ਰਿਹਾ। ਮੰਗ ਇਹ ਆ ਵੀ ਜੋ ਬਲਵਿੰਦਰ ਸਿੰਘ ਬੰਟੀ ਆ ਉਸ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਮੇਰੇ ਹਿਸਾਬ ਨਾਲ ਤਾਂ ਪਰਚਾ ਪੈਣਾ ਚਾਹੀਦਾ ਹੈ ਵੀ ਇਸ ਤਰ੍ਹਾਂ ਮੈਨੂੰ ਗਲਤ ਉਹਨੇ ਮੇਰੇ ਨਾਲ ਇਹ ਕੀਤਾ ਵਾ, ਮੇਰੇ ਦਿਲ ਔਰ ਦਿਮਾਗ ਨੂੰ ਠੇਸ ਪਹੁੰਚਾਈ ਆ,
ਔਰ ਜੀਜੇ ਦੀ ਵੀ ਜੋ ਜੀਜਾ ਕਰ ਰਿਹਾ ਵਾ ਭੈਣ ਕਰ ਰਹੀ ਆ ਇਹਨਾਂ ਤੇ ਵੀ ਕਾਰਵਾਈ ਕੀਤੀ ਜਾਵੇ। ਪੁਲਿਸ ਕੀ ਕਹਿੰਦੀ? ਪੁਲਿਸ ਪਹਿਲਾਂ ਕਹਿੰਦੀ 57 ਮਤਲਬ ਪਾਈ ਆ ਤੇ ਜਦੋਂ ਮੈਂ ਕ੍ਰਾਈਮ ਡਾਇਰੀ ਵਿੱਚ ਦੇਖਿਆ ਕੋਈ 57 ਨਹੀਂ ਪਈ, ਕੁਛ ਵੀ ਨਹੀਂ ਪਿਆ ਤੇ ਜੇ ਮੈਂ ਮਤਲਬ ਪਤਾ ਕਰਨ ਦੀ ਕੋਸ਼ਿਸ਼ ਕੀਤੀ ਆ ਕੋਈ ਮੈਨੂੰ ਪੜਾਇਆ ਨਹੀਂ ਗਿਆ, ਦੂਰੋਂ ਦਿਖਾ ਦਿੱਤਾ ਗਿਆ 57, ਮੈਨੂੰ ਕੁਛ ਨਹੀਂ ਪਤਾ ਲੱਗ ਰਿਹਾ ਵੀ ਹੋ ਕੀ ਰਿਹਾ ਵਾ। ਉਹ ਸ਼ਰੇਆਮ ਤੁਰਿਆ ਫਿਰਦਾ ਬਾਜ਼ਾਰਾਂ ਵਿੱਚ ਜਿਸਨੇ ਗਲਤ ਹਰਕਤ ਕੀਤੀ ਹੈ। ਹਾਂਜੀ ਰਾਮਬਾਗ ਪੈਣਾ, ਰਾਮਬਾਗ ਪੈਣਾ ਇਹਨੂੰ ਜੋੜੇ ਵੜ ਕੇ ਜਾਣਾ ਕੇਸ ਨਹੀਂ ਜੋੜੇ ਮੈਨੂੰ ਕਹਿ ਰਿਹਾ ਸੀ ਫੜ ਲਾ ਜੋ ਮੇਰਾ ਫੜਨਾ। ਉਸ ਤੋਂ ਬਾਅਦ ਮੈਂ ਗਈ ਉਹਨੂੰ ਦੇਖਿਆ ਕਿਸੇ ਜਨਾਨੀ ਨਾਲ ਮਤਲਬ ਹੋਟਲ ਦੇ ਵਿੱਚ ਸ਼ਰੇਆਮ ਮਤਲਬ ਸਭ ਕੁਛ ਚੱਲ ਰਿਹਾ ਸੀ ਤੇ ਪਕੜ ਕੇ ਮੈਂ ਫਿਰ ਉਹਨੂੰ 2-4 ਲਾਈਆਂ ਵੀ ਸਭ ਕੁਛ ਹੋਇਆ ਤੇ ਮੈਂ ਮਤਲਬ ਥਾਣਾ ਮੋਹਮਪੁਰੇ ਕੰਪਲੇਂਟ ਵੀ ਪਾਈ ਤੇ ਉਸ ਤੋਂ ਅੱਗੇ ਮਤਲਬ ਬੱਸ ਅੱਡੇ ਜਿਹੜੀ ਜਾਣੀ ਸੀ ਅਸੀਂ ਉੱਥੇ ਕੰਪਲੇਂਟ ਪਾਈ ਪਰ ਮੇਰੀ ਉੱਥੇ ਕੋਈ ਕਾਰਵਾਈ ਨਹੀਂ ਕੀਤੀ ਗਈ, ਸੁਣਵਾਈ ਨਹੀਂ ਹੋਈ। 57 ਦਾ ਮੈਨੂੰ ਕਿਹਾ ਗਿਆ ਪਰ 57 ਉਸ 'ਤੇ ਨਹੀਂ ਹੋਈ, ਪਰ 57 ਜੋ ਉਹਨੇ ਗਲਤੀ ਕੀਤੀ ਆ ਇਸੀ ਸਜ਼ਾ ਤਾਂ ਇਸ ਤੋਂ ਵੀ ਭਾਰੀ ਮਿਲਣੀ ਚਾਹੀਦੀ ਆ। ਪਰ ਫਿਰ ਵੀ ਉਹ 57 ਕਹਿ ਕੇ ਵੀ ਉਹ 57 ਵੀ ਇੱਕ ਛੋਟਾ ਜਿਹਾ ਕੇਸ ਪਾ ਕੇ ਵੀ ਉਸ 'ਤੇ ਨਹੀਂ ਕੀਤੀ ਗਈ। ਤੁਸੀਂ ਕਦੋਂ ਪੁਲਿਸ ਦੇ ਹਵਾਲੇ ਕੀਤਾ ਸੀ? ਮੈਂ ਉਸ ਦਿਨ ਰਾਤ ਨੂੰ ਹੀ 19 ਦੀ ਰਾਤ ਨੂੰ ਹੀ ਉਹਨਾਂ ਨੂੰ ਮਤਲਬ 8:30-9 ਵਜੇ ਫੜਾਇਆ ਫਿਰ ਉਸ ਤੋਂ ਬਾਅਦ ਫਿਰ ਅਸੀਂ ਪੁਲਿਸ ਚੌਂਕੀ 12-1 ਵਜੇ ਬੱਸ ਅੱਡੇ ਪੁਲਿਸ ਚੌਂਕੀ ਲੈ ਕੇ ਗਈ। ਮੈਂ ਉਸੇ ਟਾਈਮ ਹੀ ਲੇਡੀਜ਼ ਨੂੰ ਛੱਡ ਦਿੱਤਾ ਗਿਆ, ਬਾਕੀ ਮਤਲਬ ਸਵੇਰੇ ਉਸ ਆਦਮੀ ਨੂੰ ਛੱਡਿਆ ਗਿਆ ਮੇਰੇ ਹਸਬੈਂਡ ਨੂੰ। ਕੀ ਕਾਰਨ ਕੀ ਹੈ ਕਿ ਉਹ ਹੁਣ ਕਿਸੇ ਹੋਰ ਔਰਤ ਦੇ ਨਾਲ ਘੁੰਮ ਰਹੇ ਆ ਤੁਹਾਨੂੰ ਨਹੀਂ ਅਪਣਾ ਰਹੇ, ਕੀ ਕਾਰਨ? ਕਾਰਨ ਇਹ ਕਿ ਜੀਜਾ ਜਿਹੜਾ ਉਸਦਾ ਉਸਦੀ ਗਲਤ ਅੱਖ ਮੇਰੇ ਤੇ ਆ, ਉਹ ਲੜਾਈਆਂ ਲਵਾਉਂਦਾ ਵੀ ਬਸ ਇਹਨਾਂ ਦੋਵਾਂ ਦੇ ਵਿੱਚ ਲੜਾਈਆਂ ਪਈਆਂ ਰਹਿਣ ਤੇ ਇਸ ਘਰ ਚੋਂ ਬਾਹਰ ਨਿਕਲ ਜਾਵੇ ਉਸਦੀ ਜਗ੍ਹਾ ਤੇ ਮੈਂ ਹੀ ਆ ਸਕਾਂ। ਇਹ ਹੁਣ ਗਲਤ ਨਾਮ ਸ਼ਨਾਵ ਹਰਕਤਾਂ ਉਹਦੇ ਕੋਲ ਕਰਾਉਂਦਾ ਪਿਆ ਜਿਸ ਤਰ੍ਹਾਂ ਜਨਾਨੀ ਦੇ ਦਿਲ ਨੂੰ ਠੇਸ ਪਹੁੰਚੇ, ਇਹ ਇਹੀ ਹਰਕਤ ਰਹਿ ਗਈ ਸੀ ਜਿਹੜੀ ਬਾਕੀ ਜਿਹੜੀ ਕਿ ਮੇਰੇ ਮਨ ਨੂੰ ਠੇਸ ਪਹੁੰਚੇ ਤੇ ਮੈਂ ਉਹਨੂੰ ਛੱਡ ਦਵਾਂ ਤੇ ਉਹਦੀ ਜਗ੍ਹਾ ਤੇ ਇਹ ਆਪ ਇਸਦਾ ਜੀਜਾ ਜੋ ਹੈਪੀ ਵੇਰ ਕੇ ਰਹਿੰਦਾ ਵਾ ਇਸਦਾ ਮੇਰੇ ਹਸਬੈਂਡ ਦਾ ਜੀਜਾ ਉਹ ਸਭ ਕੁਛ ਕਰਵਾ ਰਿਹਾ। ਮੰਗ ਇਹ ਆ ਵੀ ਜੋ ਬਲਵਿੰਦਰ ਸਿੰਘ ਬੰਟੀ ਆ
ਉਸੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਮੇਰੇ ਹਿਸਾਬ ਨਾਲ ਤਾਂ ਪਰਚਾ ਪੈਣਾ ਚਾਹੀਦਾ ਵਾ ਵੀ ਇਸ ਤਰ੍ਹਾਂ ਮੈਨੂੰ ਗਲਤ ਉਹਨੇ ਮੇਰੇ ਨਾਲ ਇਹ ਕੀਤਾ ਵਾ, ਮੇਰੇ ਦਿਲ ਔਰ ਦਿਮਾਗ ਨੂੰ ਠੇਸ ਪਹੁੰਚਾਈ ਆ, ਔਰ ਜੀਜੇ ਦੀ ਵੀ ਜੋ ਜੀਜਾ ਕਰ ਰਿਹਾ ਵਾ, ਭੈਣ ਕਰ ਰਹੀ ਆ, ਇਹਨਾਂ ਤੇ ਵੀ ਕਾਰਵਾਈ ਕੀਤੀ ਜਾਵੇ। ਪੁਲਿਸ ਕੀ ਕਹਿੰਦੀ? ਪੁਲਿਸ ਪਹਿਲਾਂ ਕਹਿੰਦੀ 57 ਮਤਲਬ ਪਾਈ ਆ, ਤੇ ਜਦੋਂ ਮੈਂ ਕ੍ਰਾਈਮ ਡਾਇਰੀ ਵਿੱਚ ਦੇਖਿਆ ਕੋਈ 57 ਨਹੀਂ ਪਈ, ਕੁਛ ਵੀ ਨਹੀਂ ਪਿਆ, ਤੇ ਜੇ ਮੈਂ